ਸੋ ਗਾਇਸ ਹੁਣ ਅਸੀਂ ਆ ਗਏ ਹਾਂ ਜੀ ਡੀਐਫਓ ਕਿਉਂਕਿ ਹੁਣ ਅਸੀਂ ਇੰਡੀਆ ਜਾਣਾ ਤਾਂ ਅਸੀਂ ਉਹਦੀ ਤਿਆਰੀਆਂ ਜੀਆਂ ਥੋੜ੍ਹੀ ਬਹੁਤੀਆਂ ਸ਼ੁਰੂ ਕਰ ਰਹੇ ਹਾਂ ਅਤੇ ਤੁਸੀਂ ਮੋਸਟ ਪਹਿਲਾਂ ਵੀ ਦੇਖਦੇ ਸੀ ਪਰ ਹੁਣ ਸਾਨੂੰ ਮੋਸਟਲੀ ਸ਼ੋਪਿੰਗ ਕਰਦੇ ਦੇਖੋਗੇ ਯੈਸ ਲੈਟਸ ਸੀ ਅੱਜ ਕੀ ਮਿਲਦਾ ਆ ਅਸੀਂ ਸਾਊਥ ਕੋਫ ਆਏ ਹਾਂ ਸਿਟੀ ਵਾਲੇ ਡੀਐਫਓ ਬਿਕੋਜ਼ ਵਧੀਆ ਡੀਲ ਮਿਲ ਜਾਂਦੀਆਂ ਉਹਦੇ ਵਧੀਆ ਚੀਜ਼ਾਂ ਮਿਲ ਜਾਂਦੀਆਂ लिफाफे ਕਿੱਡਾ ਖੁੱਲਾ ਲੈ ਕੇ ਆਈਏ ਬਾਬੇ ਹੋਰ ਕੀ ਇਹਨਾਂ ਨਾਲ ਕਿਆ ਬਲੈਕ ਬਲੈਕ ਨੋਕ ਤਾਂ ਮੇਰੇ ਕੋਲ ਹੈਗਾ ਉਸ ਬਲੈਕ ਮੈਂ ਦੇਖ ਲੂੰਗੀ ਉੱਪਰ ਜਾ ਕੇ ਵੀ ਇਹ ਤਾਂ ਮੇਰੇ ਵੀ ਆ ਜੂ ਕਿਨੂੰ ਸੋ ਅਸੀਂ ਹੁਣ ਬੈਗਸ ਦੇਖ ਰਹੇ ਹਾਂ ਵੈਸੇ ਤਾਂ ਅਸੀਂ ਲੈ ਲੇ ਪਰ ਦੇਖ ਰਹੇ ਹਾਂ ਜੇ ਕਿਤੇ ਹੋਰ ਮੇਰੇ ਕੋਲ ਮੇਰਾ ਸੈੱਟ ਹੈਗਾ ਇੰਦਰ ਨੇ ਰੀਸੈਂਟਲੀ ਟੌਮੀ ਦਾ ਲਿਆ ਫੇਰ ਕਿਉਂ ਮੂੰਹ ਚੱਕਿਆ ਜਾਂਦੇ ਹੈ ਫੇਰ ਕਾ ਤੋਂ ਮੂੰਹ ਚੱਕਿਆ ਜਾਂਦੇ ਕਈ ਸੋਹਣੇ ਲੱਗਦੇ ਆ ਦੇਖੋ ਕਿੰਨੇ ਕਿਊਟ ਹਨ ਜੋ ਇਹ ਲਾ ਦੋ ਮੈਨੂੰ ਤੰਦਾ ਬਹੁਤ ਕੁਝ ਲੈ ਕੇ ਦੇਣਾ ਹੋਵੇ ਆ ਫਲਾਵਰਸ ਵਾਲਾ ਵੀ ਸੋਹਣਾ ਆ ਇੱਕ ਫਿਰ ਉਦੋਂ ਛੋਟਾ ਵੀ ਚਾਹੀਦਾ ਹੋਊਗਾ ਇੱਕ ਆ ਓ ਮਾਈ ਗੋਡ ਸੋ ਕਿਊਟ ਮੇਰੇ ਹੱਥ ਜਿੱਡਾ ਆ ਵਾਓ ਕਿੰਨਾ ਕਿਊਟ ਆ ਇੰਜੋ ਖੋਲ ਲਿਓ ਹਾਂ ਇੰਜੋ ਹਾਂ ਹਾਂ ਜੋ ਦਿਨਾਂ ਵਾਲਾ ਲੈ ਕੇ ਕਿੰਨਾ ਘੈਂਟ ਆ ਇੰਜੋ ਬਾਲਾ ਕਿਊਟ ਆ ਮੇਕਅਪ ਵਾਸਤੇ ਬਾਈ ਦੋ ਇਹ ਚ ਮੈਂ ਮੇਕਅਪ ਪਾ ਲੂੰਗੀ काफी पूछ रहे हैं ना भी असीं खांदे भी बहुत घट्टा फिर भी मोटे हो जाने सो गाइस पता की गल हुंदा जो भी आप खाने ना उस तीन मिनीमम तीन ते मैक्सीमम चार घंटे का गैप होना चाहिए अपने नैक्सट मील दे विच आप की करते हैं पहला कुछ खा लें है ना फिर उस तो बाद विच बचाले ना कुछ छोटा छोटा खा लें जो भी आप खाने अपनी बॉडी इंसुलिन रिलीज कर दी है जो भी फिर आप चाहे थोड़ा जहा भी खाइए बार बार इंसुलिन रिलीज कर दी अपनी बॉडी तो फिर आप मोटे होंगे यही रीजन हुंदा एटलीस्ट तीन तो चार घंटे का गैप दिया करो आपकी ईटिंग विंडो च इंटरमीडिएट फास्टिंग कर सकते हो तो वधिया तो कोई चीज नहीं हैगी फिर भी मोटे होंगे करते खाते घंटे बाद जिम्मे है एक फ्रूट खा लिया घंटे बाद फिर कोई छोटी जी चीज खा ली है माड़ी मोटी फिर घंटे बाद फिर माड़ी कोई चीज खा ली फिर डेढ़ दो घंटे बाद फिर थोड़ी जी चीज खा ली जो थोड़ा सही लगता पर चाह अपा हो तरीके बना मन मन मिठा सीट लेने उ चाह पीनी तो गलत ही है ना कदे आप उदास होंगे चौदह गिण के चौदह दिन या इक्की दिन जब हफ्ते ही ला लो यार हफ्ते ना मिठा छड़ के देख लो बिल्कुल ही शुगर बिल्कुल बंद कर दो फिर फ्रूट्स च पहले इन शुगर होंगी है ना तो अपन लोड़ नहीं होंगी बारो कोई शुगर ले आती है ना प्रोसैसड शुगर तुम मिठा बंद करके देख लो तुम देखो कि खुश रहो वैसे अज साडे घरे दुपहरे ही मटर पनीर बन रहा दुपहरे ये कैसे हो गया ਉਹਨਾਂ ਚੋਂ ਇੱਕ ਅੱਧਾ ਮੁੰਡਿਆਂ ਚੋਂ ਭੁੱਖਾ ਹੀ ਸੋ ਜਾਂਦਾ
ਕਿੰਨਾ ਟਾਈਮ ਲੱਗਣਾ ਮੋਟੀ? ਸਭ ਤੋਂ ਈਜ਼ੀ ਸਬਜ਼ੀ ਆ ਜਿਹੜੀ ਮਟਰ ਪਨੀਰ ਆ। ਕੁਛ ਨੀ ਕਰਨਾ, ਪਨੀਰ ਆ ਜਿਹੜੇ ਆਹ ਪਨੀਰ ਆ ਕੱਟ ਲਓ ਪਾ ਦਿਓ, ਮਤਲਬ ਬਾਅਦ ਚ ਪਾਉਣਾ ਹੁੰਦਾ ਉਹ ਤਾਂ ਹਨਾ, ਤੇ ਜਿਹੜਾ ਮਟਰ ਆ ਉਹ ਆਪਣੇ ਫਰੋਜ਼ਨ ਨਹੀਂ ਹੁੰਦੇ ਆ, ਜੇ ਕੱਟਣਾ ਹੁੰਦਾ ਆਫ ਕੋਰਸ ਤਾਂ ਔਖਾ ਕੰਮ ਆ, ਪਰ ਉਰੇ ਤਾਂ ਫਰੋਜ਼ਨ ਹੀ ਮਿਲਦੇ ਆ ਨਾ। ਇੱਥੇ ਦੇਖੋ 5 ਮਿੰਟ ਪਹਿਲਾਂ ਜਸ਼ਨ ਨੇ ਪੀਜ਼ਾ ਮੰਗਾ ਕੇ ਹਟਿਆ, ਉਹੀ ਬੰਦਾ ਵਾਪਸ ਪਹੁੰਚਿਆ ਸ਼ੈਲੀ ਨੂੰ ਕਹਿੰਦਾ ਕਹਿੰਦਾ ਹਜੇ ਮੈਂ ਵਾਪਸ ਪਹੁੰਚਿਆ ਹੀ ਆ, ਕਹਿੰਦਾ ਜਦੋਂ ਤੁਹਾਡਾ ਦੂਸਰਾ ਆਰਡਰ ਆਇਆ ਪਿਆ। ਮੈਨੂੰ ਲੱਗਦਾ ਆਪਣੇ ਇੱਕ ਦਿਨ 'ਚ 2 ਵਾਰ ਡਿਲੀਵਰੀ ਤਾਂ ਆਉਂਦੀਆਂ ਨੇ ਪੱਕਾ, 2 ਜਾਂ 3 ਵਾਰ ਇੱਕ ਬੰਦਾ ਡਿਲੀਵਰੀ ਵਾਲਾ ਪੱਕੇ ਰੱਖ ਲੈਂਦੇ। ਆਹ ਬੰਦੇ ਦੇ ਤੜਕੇ ਹੈੱਡਫੋਨ ਗੁੰਮ ਗਏ ਅਤੇ ਹੁਣ ਲੱਭ ਨਹੀਂ ਰਹੇ। ਚੱਲੀ ਬਾਬੇ ਕੀ ਮੰਗਦੇ ਨੇ? ਮਸਤੀ ਖਾਣਾ ਮੰਗਦੇ ਨੇ। ਬਸ ਇੱਕ ਤੂੰ ਕਹਿ ਦੇ ਵੀ ਮਸਤੀ ਤੇ ਖਵਾ ਦੂੰ, ਮੰਤਰ ਮਾਰਨਗੇ ਤੇ ਹੈੱਡਫੋਨ ਤੇ ਲੱਗੇ। ਦੂਰਦਰਸ਼ਨ ਮਹਿੰਗੀ ਆ ਬਾਬੇ ਦੀ, ਫਿਰ ਨਹੀਂ ਲੱਭਦੇ। ਹਾਫ ਹਾਫ ਪੇ ਨੂੰ ਵੀ ਮੰਨ ਗਏ ਉਹ ਤਾਂ ਬਾਬਾ ਜੀ ਤਾਂ ਵੀ ਹਾਫ ਪੇ ਕਰਦੀ। ਹਾਫ ਅਸੀਂ ਕਰਦੇ ਬਾਬਾ ਦਾ JW ਮੇਰੇ ਤੜਾ ਕੰਮ ਆ, ਨੇੜੇ ਤੇੜੇ ਕਰਦੇ ਕੋਈ ਨਹੀਂ। ਨਹੀਂ ਲੈਣੇ ਹੈੱਡਫੋਨ? ਉਹਦੇ ਹੱਥ ਬਸ ਨੀ ਹੈਗਾ, ਬਸ ਟਰਾਈ ਕਰੂ। ਮੈਂ ਟਰਾਈ ਕਰਨਾ, ਜੇ ਮੈਨੂੰ ਮਿਲ ਗਏ ਤਾਂ ਦੇ ਦੇ, ਨਹੀਂ ਨਵੇਂ ਲੈ ਕੇ ਦੂੰਗਾ। ਪਾਰਟੀ ਦੇ ਨਾਲ ਨਹੀਂ ਨਵੇਂ ਰਿਪੋਰਟ ਮੈਨੂੰ। ਤੂੰ ਐਂ ਦੱਸ ਤੈਨੂੰ ਹੈੱਡਫੋਨ ਚਾਹੀਦੇ ਨੇ ਕਿ ਨਹੀਂ? ਹੈ ਚਾਹੀਦੇ ਨੇ? ਫਿਰ ਤੂੰ ਮਸਤੀ ਦਾ ਕਰਦੇ ਡਿਨਰ ਆਫਰ? ਆਫਰ ਕਰਦੇ ਹੈ ਬਾ ਵੀਰੇ, ਨਹੀਂ ਚਾਹੀਦੇ, ਨਹੀਂ ਚਾਹੀਦੇ, ਚਾਹੀਦੇ ਨਹੀਂ, ਰੱਖ ਲਓ ਯਾਰ, ਕੈਨਸਲ ਹੋ ਗਏ, ਕੈਨਸਲ ਹੋ ਗਏ, ਆਪ ਹੀ ਲੈਣਾ ਹੈ $400 ਦੇ। ਨਾ ਨਾ ਵੀਰੇ, ਤਾਰਨ ਲੈ ਲਿਆ ਕੇ ਸਾਰ ਲੂੰਗਾ, $25 ਦੀ ਸਾਰ ਲੈਗਾ, ਭਰੀ ਨੇ ਕਰੀ ਪਏ ਨੇ ਉਹ ਇੱਕ ਚੱਲਦਾ, ਉਹ ਸੌਕਾ ਵੀ ਨਹੀਂ ਸਰਦਾ। ਦੇਖ ਲੈ ਜੇ ਹੁਣ ਮਰਜ਼ੀ, ਦੁਬਾ ਮੈਂ ਹੈੱਡ ਟੂ ਫੋਨ ਨਹੀਂ ਲੈਣਾ, ਜਿਹੜਾ ਮੈਨੂੰ ਬੜਾ ਨਜਾਇਜ਼ ਗੁੱਸਾ ਚੜੀ ਜਾਂਦਾ ਯਾਰ। ਮੈਨੂੰ ਬਹੁਤ ਗੁੱਸਾ ਚੜਿਆ ਉਹਦੇ, ਫਿਰ ਮੈਂ ਛੱਡ ਯਾਰ, ਪਹਿਲਾਂ ਤਾਂ ਮੈਂ ਅੰਡੇ ਹੀ ਸੜਕ ਤੇ ਮਾਰਨ ਲੱਗਿਆ ਸੀਗਾ ਵੀ ਆਹ ਚੱਕ ਤੂੰ ਖਾ ਲਾ, 7-8 ਅੰਡੇ ਕਹਿੰਦਾ ਆਪਦੇ ਘਰੋਂ ਲਿਆ ਕਰ, 7-8 ਤੋਂ ਖਾਣ ਲੱਗਿਆ ਸੀ ਇੱਕ, ਖਾਣ ਲੱਗਿਆ ਫਿਰ ਉਹਦੇ ਪੈਣਗੇ ਹੁਣ, ਮੈਂ ਗਿਣ ਕੇ ਲਿਆਉਣਾ। ਤੂੰ ਪਹਿਲਾਂ ਐਂ ਦੱਸ, $400 ਹੈੱਡਫੋਨ ਤੇ ਲਾ ਸਕਦਾ ਹੈ? ਅੱਜ ਤਾਂ ਦੁਖੀ ਆ ਪੂਰਾ। ਹੋਰ ਯਾਰ ਪਹਿਲਾਂ ਜੌਬ ਨੇ ਖਾ ਲਿਆ ਉਸਤਾਦ, ਕੀ ਖਾ ਲਿਆ ਜੌਬ ਨੇ? ਬਾਬੇ ਧੁੱਪ ਗਰਮੀ ਬਾਲੀ ਸੀ, ਜੌਬ ਸੁੱਕ ਗਈ। ਸ਼ੈਲੀ ਨਾਚੋਸ ਲੈਣ ਗਿਆ ਬਾਹਰੋਂ, ਚੱਲੀ ਭਾਜੀ ਆ ਗਏ ਨਾਚੋਸ ਲੈ ਕੇ, ਕਿੰਨਾ ਸੋਹਣਾ ਆਦਾ ਕੰਮ ਦਾ ਕਰਤਾ। ਥੈਂਕ ਯੂ ਬਾਬੇ ਦਾ 80 ਦੇ ਟਿਕਟਾਂ ਬਾਬੇ ਦੀ ਟਿਕਟਾਂ ਬਾਬੇ ਦਾ 80 ਦੇ ਲੋਟ ਆ ਕੰਮ, ਕਿੰਨੀ ਟਿਕਟਾਂ 17 ਦੀ ਟਿਕਟਾਂ। ਜਸ਼ਨ ਕੀ ਡੀਲ ਮਿਲ ਰਹੀ ਆ ਪਰਮਾਤਮਾ ਨਾਲ ਜੋੜੂਗਾ। $100 ਪਾ ਦੇ, $200-250 ਲੱਗੂਗਾ ਉੱਪਰ ਲਾਓ ਅਸੀਂ ਲਾ ਦਾਂਗੇ। ਫਿਰ ਹੁਣ ਫਿਲਮ ਤੇ ਆ ਗਿਆ ਨਾ, $80 ਦੀਆਂ ਟਿਕਟਾਂ ਲੱਗਣਗੀਆਂ ਬਾਬਾ ਜੀ, ਬਾਬਾ ਜੀ ਬਾਬੇ ਆਪਦੇ ਹੋਟਲ ਲੈ ਬਾਬੇ ਨੀ ਧੱਕਿਆ, ਬਾਬੇ ਤੂੰ ਨਾ ਜਾ ਬਾਬੇ ਨੇ ਤੈਨੂੰ ਤੇ ਤੋਂ ਵੀ ਮਤਲਬ
ਤੈਨੂੰ ਘਰੇ ਲਾ ਦਿੰਦੇ ਆ ਬਾਬੇ ਦਾ ਟਿਕਟ ਕਰਾ ਬਾਬੇ ਦੇ ਚੇਲਿਆਂ ਦੀ ਵੀ ਕਰਾ ਦੀ ਕਿਤੇ ਇਕੱਲੀ ਬਾਬੇ ਦੀ ਕਰਾ ਦੇ ਕਿਤੇ ਬਾਬਾ ਇਕੱਲੀ ਗੋਲਡ ਕਲਾਸ ਚ ਬੈਠਾ ਹੋਵੇ चल फिर सवाल नहीं करता टिकट करा देख के फिर लगोगे बाबा ओ तो दे दिया चल ਪਹਿਲਾਂ ਪੇ ਕਰਨਾ ਪਊਗਾ ਨਾ ਫੇਰ ਮੂਵੀ ਤਿੰਨ ਘੰਟੇ ਬਾਬੇ ਮੂਵੀ ਥੋੜੀ ਦੇਖਣਗੇ ਬਾਬੇ ਤਾਂ ਲੇਵ ਲਾਉਣਗੇ ਇਹਦੇ ਵਰਗਾ ਮੁੱਕਰ ਜੀ ਬਾਜੂ ਮੈਂ ਆਏ ਥੋੜੀ ਆ ਵੀ ਸ਼ਾਲੀ ਬਾਬਾ ਜੀ ਉੱਥੇ ਬੈਠੇ ਮੂਵੀ ਦੇਖਣਗੇ ਕਰ ਥੋੜਾ ਟ੍ਰਾਂਸਫਰ ਕਰ ਫਿਰ ਦਿੰਦਾ ਇਹਨਾਂ ਦਾ ਬਸ ਸਰੀਰ ਹੁੰਦਾ ਤਾਂ ਬਾਬੇ ਫਿਲਮਾਂ ਤੇ ਮੰਨਗੇ ਪਰਮਾਤਮਾ ਨਾਲ ਲਿੰਕ ਕਰ ਲਾ ਮੈਂ ਫਿਲਮਾਂ ਤੇ ਨਹੀਂ ਮੰਨੇ ਬਾਬੇ ਫਿਲਮ ਦੀ ਮੰਨਗੇ ਪੌਪਕਾਰਨ ਫਿਰ ਆ ਜਾਣਗੇ ਨਾ ਉਹ ਚ ਸੌ ਚ ਟਿਕਟਾਂ ਵੀ ਆਣਗੇ ਪੌਪਕਾਰਨ ਵੀ ਆ ਜਾਣਗੇ ਬਾਬੇ ਪੌਪਕਾਰਨ ਤਾਂ ਹੁਣ ਆਪਦੇ ਪੱਲੇ ਵੀ ਖਾ ਲਿਓ उची सोच ने मालिक ने जशन पॉपकॉर्न बंद ताई मिलन गए चक जशन था पैसे अंडा नहीं दिता भाई एक सत अठ चो मैं जी सवेरे तो मैं पूछा मां भी तेरे वास्ते कुछ लेके जावा कहना मैं नहीं बंदा फिर उठे आके चक लेंदा खान नूं अंडा तेरा बाल दू एक मैं डाइट स्टार्ट की जशन डाइट आले अपना फूड जम नहीं दिंदे अंदर भी नहीं दिंदे फूड जरूरी ला जा करो एक्सट्रा ला जा करो की हुंदा है भुख लगी ठीक है नहीं लगी ता भी ठीक है दस दे इंश्योरेंस का की हिसाब किताब दस दे फिर मस्ती का डिनर लगो की फायदा इंश्योरेंस ही है एप्पल छोटी छोटी होनी गिरदारी
ਆਪਣਾ ਸ਼ੂਟ ਲਹਿੰਗਾ ਚਾਹੀਦਾ, ਦੋ ਤਿੰਨ ਆਊਟਫਿਟ ਹੋਰ ਚਾਹੀਦੇ।